11-12 ਵੀ ਇਹਨਾਂ ਜਾਇਆ ਹੈ। ਅੱਲਾਹ ਤੁਹਾਨੂੰ ਸਲਾਮਤ ਰੱਖੇ, ਮਾਲਕ ਤੁਹਾਡਾ ਸੁਖ ਸਲਾਮਤ ਰੱਖੇ। ਇਹ ਜਿਹੜੇ ਲਾਗੇ ਲਾਗੇ ਰਹਿਣ ਵਾਲੇ ਹੈ ਨਾ, ਉਹਨਾਂ ਨੂੰ ਜ਼ਿਆਦਾ ਤੋਂ ਜਾ ਕੇ ਆਰਾਮ ਕਰ ਆਓ 4-5 ਘੰਟੇ। ਜਿਹਨੇ ਹਾਂਡੀ ਦੇ ਕੇ ਆਉਣੀ ਉਹ ਹਾਂਡੀ ਦੇ ਕੇ ਆ ਜਾਏ, ਜਿਹਨੂੰ ਜੋ ਹਾਜ਼ਰ ਤੇ ਉਹ ਕਰ ਆਵੇ। 11-12 ਵਜੇ ਤੋਂ ਬਾਅਦ ਨਾ ਜਾਇਆ ਜੇ ਬਸ। ਅੱਛਾ, ਨਾ ਜਾਣ ਦੀ ਵਜ੍ਹਾ ਕੀ? ਸਾਨੂੰ ਡਰ ਲੱਗਦਾ, ਅਸੀਂ ਤੁਹਾਨੂੰ ਇੱਥੇ ਬਿਠਾਉਂਦੇ ਹਾਂ ਫਿਰ ਵੀ ਸਾਨੂੰ ਡਰ ਲੱਗਦਾ। ਔਰ ਰਾਤੀ ਇੱਥੇ 33 ਬੰਦੇ ਸਨ, ਤੇ 33 ਬੰਦਿਆਂ ਦੇ ਅੱਗੇ ਪੁਲਿਸ ਲੱਗ ਕੇ ਇੰਜ ਨਸੀ ਜਿਵੇਂ 43 ਹੋਏ, ਤੇ ਉਹਨਾਂ ਨੂੰ ਰਾਹ ਨਹੀਂ ਸੀ ਪਿਆ ਲੱਭਦਾ ਸੀ ਜਾਈਏ ਕਿੱਧਰ ਨੂੰ। ਐਡੇ ਵੱਡੇ ਖੁੱਲੇ ਰੋਡ ਦਾ ਵੀ ਗੱਡੀਆਂ ਰੂਟਰ ਦੀ ਘੁਮਾਉਂਦੇ ਲੈ ਕੇ ਆਏ ਕਿ ਇਹਨਾਂ ਨੂੰ ਜਨਾਬ ਅਸੀਂ ਚੁੱਕ ਕੇ ਲੈ ਜਾਣਾ। ਤੇ ਜਦੋਂ ਇੱਧਰੋਂ ਜਵਾਨ ਨਸਣਾ ਲੱਬੈਕ ਦਾ ਨਾਰਾ ਮਾਰ ਕੇ ਉਹਨਾਂ ਨੂੰ ਪਤਲੀ ਗਲੀ ਨਜ਼ਰ ਆਈ, ਇਹ ਲੈਣਾ ਦੇ ਨਾਲ ਹੀ ਨਸ ਗਏ। ਇੱਥੇ 3 ਵੀ ਆਉਣਗੇ ਤੇ ਭਾਰੀ ਨੇ। ਤੁਹਾਡੇ ਸਾਰਿਆਂ ਦਾ ਹੋਣ ਦਾ ਵਜ੍ਹਾ ਕੀ ਹੋਏਗੀ? ਜਦੋਂ ਤੁਸੀਂ ਸਾਰੇ ਵੇਖੋਗੇ ਨਾ, ਤੁਹਾਡਾ ਵੀ ਜਿਗਰਾ ਹੋਰ ਭਾਰਾ ਹੋ ਜਾਏਗਾ। ਲਫ਼ਜ਼ ਹੋਲਾ ਲੋਕ ਕਹਿੰਦੇ ਨੇ, ਜਿਗਰਾ ਹੋਲਾ ਹੋ ਜਾਏਗਾ, ਭਾਰੇ ਦਾ ਮਤਲਬ ਵੱਡਾ ਹੋ ਜਾਏਗਾ। ਤੁਹਾਨੂੰ ਵੀ ਪਤਾ ਲੱਗੇਗਾ ਯਾਰ, ਯਾਰ ਸੁਲਾ ਦੀ ਇੰਨੀ ਪਾਵਰ ਹੈ, ਇੰਨੀ ਪਾਵਰ ਹੈ, ਤੁਹਾਨੂੰ ਪਤਾ ਹੀ ਨਹੀਂ ਕਿਤਨੀ ਪਾਵਰ ਹੈ। ਅਲਹਮਦੁਲਿਲਾ ਕਿਬਲਾ ਸ਼ੇਰ ਮੁਸ਼ਤ ਭਾਈ ਸਾਹਿਬ ਫਰਮਾ ਰਹੇ ਸਨ ਕਿ ਠੰਡੇ ਠੰਡੇ ਲੱਗਦੇ ਹੋ। ਮੈਂ ਕਿਹਾ ਜੇ ਤਤੀਆਂ ਤਕਰੀਰਾਂ ਲਵਾਉਣੀਆਂ ਨੇ, ਮੈਂ ਇਹਨਾਂ ਨੂੰ ਥੋੜ੍ਹਾ ਠੰਡਿਆਂ ਮਿੱਠਿਆਂ ਕਰ ਦਿਆਂ। ਲੰਗਰ ਸ਼ਰੀਫ ਹੈ ਤਕਸੀਮ ਕਰਨ ਲੱਗੇ ਨੇ ਸੰਗੀ, ਗੱਲ ਮੈਂ ਪਹਿਲੇ ਵਾਲੀ ਕਰਾਂਗਾ। ਉੱਠਿਆ ਜਨਾ, ਇੰਝ ਨਾ ਕਰਿਆ ਜੇ, ਤੁਹਾਡੇ ਲਈ ਤੁਹਾਨੂੰ ਵੀ ਦੇਣਗੇ। ਇਹ ਦੋ ਕੇਲਿਆਂ ਦੇ ਛਾਪਰ ਫੜੋ, ਕਾਰੀ ਸਾਹਿਬ ਇੱਕ ਉੱਧਰ ਜਾਓ, ਇੱਕ ਉੱਧਰ ਜਾਓ, ਤੀਜਾ ਵੀ ਕੇਲਿਆਂ ਦਾ ਛਾਪਰ ਫੜ ਲਓ। ਹਾਂ ਹਾਂ, ਇੰਝ ਨਹੀਂ ਕਰਨਾ, ਸਾਨੂੰ ਅੱਛਾ ਨਹੀਂ ਲੱਗਦਾ ਯਾਰ, ਤੁਹਾਡੀ ਇੱਜ਼ਤ ਹੈ। ਅੱਲਾਹ ਪਾਕ ਸਲਾਮਤ ਰੱਖੇ। ਇਹ ਸਾਰਾ ਸਰਕਾਰ ਦੇ ਮੰਗਦਿਆਂ ਲਈ ਤੇ ਆਇਆ। ਹਾਂ ਅਲਹਮਦੁਲਿਲਾ, ਮਾਲਕ ਸਲਾਮਤ ਰੱਖੇ ਬਈ। ਇਹ ਛਾਪਰਾਂ ਦੇ ਸਮੇਤ ਹੀ ਲੈ ਲਓ, ਜਲਦੀ ਕਰੋ, ਇਹਨਾਂ ਨੂੰ ਸਰਕਾਰ ਦੀ ਨਾ ਸੁਣਾਈਏ, ਜਲਦੀ ਜਲਦੀ ਨਾਲੇ ਸਰਕਾਰ ਦਾ ਲੰਗਰ ਖਾਣ। ਨਾਲੇ ਸਦੀਕ ਨੂਰੀ ਸਾਹਿਬ ਕੱਲ ਦਾ ਸਾਨੂੰ ਸ਼ੇਰ ਸੁਣਾ ਰਹੇ ਨੇ, ਵੇਖੋ ਆਪ ਪਹਿਲੇ ਕੇਲਾ ਖਾ ਰਹੇ ਨੇ। ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ, ਨਹੀਂ ਘੱਟੋ ਘੱਟ ਯਾਰ ਸੁਣਾ ਤੇ ਇਹਨੇ ਬਈ ਜਿਹੜੇ ਉੱਤੇ ਚੜੇ ਹੋ ਤੇਰੀ ਮਿਹਰਬਾਨੀ ਹੈ, ਬਸ ਡਿੱਗਿਆ ਜੇ ਨਾ ਸੱਤ ਨਾ ਲਵਾਇਆ ਜੇ। ਉਹ ਮੁੰਡੇ ਜਿਹੜੇ ਉੱਤੇ ਖੜੇ ਨੇ, ਜਿਹੜੇ ਇੱਧਰ ਖੜੇ ਨੇ, ਸੱਟ ਨਹੀਂ ਲਵਾਉਣੀ, ਕਿਸੇ ਨੂੰ ਧੱਕਾ ਨਹੀਂ ਮਾਰਨਾ। ਇੱਕ ਗੱਲ ਮੈਂ ਹੋਰ ਕਰਦੇ ਹਾਂ, ਤੁਹਾਡੇ ਵਿੱਚ ਹੀ ਕਈ ਬੰਦੇ ਇਹ ਸ਼ਰ ਪਸੰਦ ਹੁੰਦੇ ਨੇ, ਤੁਸੀਂ ਬੜੇ ਆਸ਼ਕ ਤੇ ਪੱਕੇ 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 ਆਸ਼ਕ ਰਸੂਲ ਹੋ। ਕਈ ਬੰਦੇ ਵਿੱਚ ਐਸੇ ਨੇ, ਮੈਨੂੰ ਬਾਈ ਕਹਿ ਰਹੇ ਸਨ ਮੇਰਾ ਮੋਬਾਈਲ ਨਿਕਲ ਗਿਆ। ਚਲੋ ਕੋਈ ਗੱਲ ਨਹੀਂ, ਸਦਕਾ ਸਹੀ ਹੈ, ਸਦਕਾ ਸਹੀ ਨਿਕਲ ਗਿਆ, ਪਰ ਤਵੱਜੋ ਰੱਖਿਆ ਜੇ, ਆਪਣੀ ਸਮਾਨ ਦੀ ਹਿਫਾਜ਼ਤ ਕਰਿਆ ਜੇ। ਤੇ ਅੱਜ ਅਸੀਂ ਜਿਸ ਚੀਜ਼ ਦੀ ਹਿਫਾਜ਼ਤ ਕਰਨ ਬੈਠੇ ਹਾਂ ਉਹਦਾ ਨਾਂ ਈਮਾਨ ਹੈ। ਇਹਦੀ ਹਿਫਾਜ਼ਤ ਸਭ ਤੋਂ ਪਹਿਲੇ ਕਰਨੀ ਹੈ, ਭਾਵੇਂ ਜਾਨ ਵੀ ਟੁੱਟ ਜਾਏ। ਵੀਡੀਓ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਭਾਵੇਂ ਹਜ਼ੂਰ ਕੀ ਇੱਜ਼ਤ ਕੇ ਲਈ, ਹਜ਼ੂਰ ਕੇ ਨਾਮ ਕੇ ਖਾਤਰ ਸਭ ਲੋਕ ਧਰਨੇ ਮੇ ਨਿਕਲੇ। تمام احباب ویڈیو کو زیادہ زیادہ شیئر کریں، اپنے حضور کی نموز کے لیے جلد سے جلد سڑکوں پر نکلیں۔ بچے بس کر حضور، تسی تھلے آؤ ہاں تہانوں لنگر دئیے۔ قدر نبی دا ਕੀ ਜਾਨਨ ਦੁਨੀਆਦਾਰ ਕਮੀਨੇ ਜ਼ਾਤੀ ਘੋੜ ਦਿਲੀ ਕਦਰ ਨਬੀ ਦਾ ਏ ਕੀ ਜਾਨਨ ਦੁਨੀਆਦਾਰ ਕਮੀਨੇ ਕਦਰ ਨਬੀ ਦਾ ਓ ਜਾਨਨ ਵਾਲੇ ਸੌਂਗੇ ਵਿੱਚ ਮਦੀਨੇ ਮਿੱਠਾ ਜਿਹਾ ਬੋਲੋ ਸੁਭਾਨ ਅੱਲਾਹ। ਮੈਂ ਕੁਰਬਾਨ ਜਾਵਾਂ, ਜਿਸ ਬੰਦੇ ਕੋਲ ਕੇਲਾ ਆ ਗਿਆ ਕੇਲੇ ਦਾ ਛਿਲਕਾ ਲਾਵੇ, ਛਿਲਕੇ ਸਮੇਤ ਨਹੀਂ ਖਾਣਾ। ਬਸ ਹਮਾਰਾ ਮਤਾਲਬਾ ਯਹੀ ਹੈ, ਲੰਗਰ ਜਿੰਨਾ ਮਰਜ਼ੀ ਖਾਓ, ਸਰਕਾਰ ਇੰਜ ਨਵਾਜ਼ਦੇ ਨੇ ਗੁਲਾਮਾਂ ਨੂੰ। ਜਿਸ ਬੰਦੇ ਨੂੰ ਕਦੀ ਯਕੀਨ ਨਹੀਂ ਸੀ ਕਿ ਸਰਕਾਰ ਕਿੰਜ ਦਿੰਦੇ ਨੇ, ਵੇਖ ਲਵੋ ਫਿਰ। ਉਹ ਤੁਸੀਂ ਘਰ 3 ਟਾਈਮ ਰੋਟੀ ਬੜੀ ਔਖੇ ਵੇਲੇ ਖਾਂਦੇ ਹੋ, ਉਹ ਮੈਂ ਕਿਹਾ 3 ਟਾਈਮ ਰੋਟੀ ਕਿਉਂ ਨਹੀਂ ਖਾਂਦੇ? ਆਖਿਰ ਟਾਈਮ ਨਹੀਂ ਮਿਲਦਾ ਜੀ, ਟਾਈਮ ਇਜ਼ ਵੈਰੀ ਸ਼ਾਰਟ, ਵਰਕ ਇਜ਼ ਵੈਰੀ ਹਾਰਡ। ਹਮ ਇਤਨੇ ਹਾਰਡ ਵਰਕ ਹੈ ਕਿ ਹਮਕੋ ਖਾਣੇ ਕਾ ਟਾਈਮ ਨਹੀਂ ਮਿਲਤਾ। ਇੱਥੇ ਵੇਖੋ ਤੁਹਾਨੂੰ ਤੇ ਖਾਣ ਤੋਂ ਫੁਰਸਤ ਨਹੀਂ ਮਿਲਦੀ।
ਗੱਲ ਇਹ ਜੀ ਹੈ ਕਿ ਨਹੀਂ ਇੱਕ ਹੀ ਬਾਬਾ ਜੀ ਨੇ ਆਖਿਆ ਬਸ ਲੱਗਦਾ ਬਾਕੀਆਂ ਨੂੰ ਲੰਗਰ ਨਹੀਂ ਮਿਲਿਆ ਜਲਦੀ ਜਲਦੀ ਲੰਗਰ ਲੈ ਲਓ ਬਈ ਸੁੱਟਣਾ ਨਹੀਂ ਕਾਰੀ ਸਾਹਿਬ ਮੈਂ ਖੈਰ ਕੋਲ ਜਾ ਕੇ ਦੇਣਾ ਅੱਲਾ ਪਾਕ ਜ਼ਿੰਦਗੀਆਂ ਦੇਵੇ ਇਹ ਜਿੰਨਾ ਲੰਗਰ ਪਿਆ ਸਾਰਾ ਦੇ ਦਿਓ ਜਿਤਨਾ ਪਿਆ ਸਾਰਾ ਦਿਓ ਸਾਰਾ ਜਲਦੀ ਜਲਦੀ ਦਿਓ ਤੇ ਨਾ ਤੇ ਰਸੂਲੇ ਮਕਬੂਲ ਹੋਏਗੀ ਨਾ ਤੇ ਪਾਕ ਦੇ ਅਦਬ ਵਾਸਤੇ ਮੈਂ ਰੁਕਿਆ ਹੋਇਆ ਸੀ ਤਾਂ ਤੁਹਾਡੇ ਲਈ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਸੀ ਮੈਂ ਤਾਂ ਕਿ ਨਾ ਤੇ ਰਸੂਲੇ ਮਕਬੂਲ ਦੇ ਦੌਰਾਨ ਤੁਸੀਂ ਲੋਕ ਸ਼ੋਰ ਨਾ ਕਰਿਆ ਜੇ ਖੁਸ਼ੀ ਦੇ ਨਾਲ ਮੁਹੱਬਤ ਦੇ ਨਾਲ ਫਰੀਦ ਦੇ ਨਾਲ ਨਾ ਤੇ ਰਸੂਲੇ ਮਕਬੂਲ ਸੁਣੋ ਸੁਣੋ ਔਰ ਜਿੰਨੇ ਦੋਸਤ ਬਾਹਰ ਅੰਦਰ ਬਾਹਰ ਖੜੇ ਨੇ ਸਾਰੇ ਇੱਕ ਵਾਰ ਬਗੈਰ ਸਪੀਕਰ ਤੋਂ ਰਲ ਕੇ ਦੁਰੂਦ ਪਾਕ ਪੜ੍ਹੀਏ Sallallahu alayka ya Rasulallah wa sallam alayka ya Habiballah taron ko chamke noor o nagine se mili hai फूलों को महक उनके पसीने से मिली है फूलों को महक उनके पसीने से मिली है फैजा तो सब कुछ है मदीना क्यों कि हमको तो हर चीज मदीने से मिली है सल्लल्लाहु अलैका या रसूल और ये लब मैं तलब ही तलब तेरे गुण और ये लब मैं तलब ही तलब तू अता ही अता तू गुजा मर गुजा तू गुजा मर गुजा हाँ तू गुजा मर गुजा मतलब है मेरे आका या रसूल अल्लाह तू कहां मैं कहां तू कहां मैं कहां आप अर्शों पे जाने वाले हुन समझ आई हुन तुहानू पढ़न दा भी मजा आएगा तू को जा मैं को जा तू को जा मैं को जा हाँ तू को जा मैं को जा तू को जा मैं को जा इल्हाम है जामा तेरा इल्हाम है जामा तेरा कुरआन इमामा है तेरा कुरआन इमामा है तेरा मिंबर तेरा अर्शे बरी मिंबर तेरा अर्शे बरी आरवी तू को जा मन को जा हाँ
گھر کو جا, تو حقیقت ہے میں صرف احساس ہوں, تو سمندر میں بھٹکی ہوئی پیاس ہوں, تو سمندر میں بھٹکی ہوئی پیاس ہوں, میرا گھر خاک پر اور تیری راگوں سے, میرا گھر خاک پر اور تیری راگوں سے, سدرا تل مرتا تو کو جا مر کو جا, تو کو جا مر کو جا, ڈگمگاؤں جو حالات کے سامنے آئے, تیرا تصور مجھے تھامنے, ڈگمگاؤں جو حالات کے سامنے, ابھی دھرنے میں بیٹھے ہیں, شاید کسی کے دل میں خوف ہو, یار اب پولیس والے کی کریں گے, وہ یار جان نہ چلی جائے, وہ یار زخمی ہو جائیں گے, ڈگمگاؤں جو حالات کے سامنے آئے تیرا تصور مجھے تھام, جب آقا دا تصور آنا نا پھر دنیا دی کوئی چیز بھی نہیں ڈرا سکتی, کوئی چیز بھی اللہ اکبر یا رسول اللہ, پھر دنیا دی کوئی چیز نہیں ڈرا سکتی. شاعر کی آندے نے کہ ڈگمگاؤں جو حالات کے سامنے آئے تیرا تصور مجھے تھامنے, آئے تیرا تصور مجھے تھامنے, میری خوش قسمتی میں تیرا امتی, میری خوش قسمتی میں تیرا امتی, میری خوش قسمتی میں تیرا امتی, تو جزا مرزا تو کو جا مر کو جا, تو کو جا مر کو جا, ہاں تو کو جا مر کو جا, تو کو جا مر کو جا, اور تو ہے احرام انوار باندھے ہوئے, تو ہے احرام انوار باندھے ہوئے, میں درودوں کی دستار باندھے ہوئے, دستار باندھے ہوئے, کعبہ عشق تو میں تیرے چار سو, کعبہ عشق تو میں تیرے چار سو, کعبہ عشق تو میں تیرے چار سو, تو اثر میں دعا تو کجا جہاں تک تیرے گن اور یہ لب, تیری تعریف اور یہ لب, ہزار بار بھی شوئم دہن سے مشک و غلام, ہنوز نام تو گفتن کمال بے ادبی است, یہ تو بس ان کا کرم ہے کہ وہ سن لیتے ہیں, ورنہ یہ لب کہاں فریاد سنانے کے لیے, تیرے گن اور یہ لب میں طلب ہی طلب, تیرے گن اور یہ لب میں طلب ہی طلب, تو عطا ہی عطا تو کو جا مر کو جا, تو کو جا من کو جا,
ہم کس لیے یہاں بیٹھے ہیں اور کھڑے ہیں؟ کس لیے؟ کوئی بندہ جواب دے سکتا ہے کس لیے؟ تو پھر بولو، مطالبہ جب یہی ہے تو پھر پوری دلیل کے ساتھ بیٹھو، بولو 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 بولو، کیا چاہیے؟ جو کرتے ہیں وہ دہشت گردی کرتے ہیں، نبی جو کرتے ہیں وہ دہشت گردی کرتے ہیں، وہ امن و سکون کے قاتل ہیں جو بھی گستاخی کرتے ہیں، لعنت ہو بے شمار۔ بولو بولو کیا چاہیے؟ ہر بندہ بولے، ہر عاشق بولے، بولو بولو کیا چاہیے؟ ایک منٹ شہزادے، ایک منٹ کھڑا، سارے چپ کرے، آج ویکھے، آج بولو بولو کیا چاہیے؟ مولویاں کا مسئلہ ہے، بولو بولو کیا چاہیے؟ ایتھے ڈاکٹر بیٹھے نے، ایتھے ایڈووکیٹ نے، ایتھے بزنس مین نے، ایتھے مزدور نے، ایتھے کرائے دے مکان والے بھی نے، ایتھے مالک بھی نے، ایتھے لکھ پتی بھی بیٹھے نے، ایتھے کروڑ پتی بھی بیٹھے نے، مولوی کٹ بیٹھے نے، مولم کٹ بیٹھے نے، اے عاشق وڈے موتے بیٹھے نے، اینا گستاخانو دسو، اے مولویاں دا مسئلہ نہیں، اے عزت رسول دا مسئلہ۔ ہر عاشق بولے، بولو بولو کیا چاہیے؟ بولو بولو کیا چاہیے؟ بولو بولو کیا چاہیے؟ کہتا مٹھی پر بیٹھے، میرا ایک ہی جوان شیر اٹھ کے نعرہ مارے نا، ہاں جی گیلا ہو جاندا ہو، ہاں جی گیلا گیلا ہو پیا بچارا، اللہ پاک سلامت رکھے۔ بس ہمارا مطالبہ یہی ہے، پورے پاکستان اور دنیا میں بیٹھنے والے غلام ہمارے مصطفیٰ کا، ارے یہودوں نے سارا کے ایجنٹوں اور گستاخوں سے انہوں شاک کا، بس مطالبہ یہی ہے، بولو بولو کیا چاہیے؟ بسم اللہ الرحمن الرحیم، الصلاۃ والسلام علیک یا رسول اللہ وعلی آلک وصحابک یا حبیب اللہ۔ شیر محمد مجتبائی میرا نام ہے، جڑے جانتے ہیں ماشاء اللہ وہ تو جانتے ہیں، جڑے نہیں جانتے وہ بھی جان لین۔ سنی تحریک کا میں نوکر ہاں، خادم ہاں اہل سنت کا، ساڈے وچ پیپل پارٹی دے بھی لوگ ہون گے، تحریک انصاف دے بھی ہون گے،
ਔਰ ਨੌਨ ਲੀਗ ਦੇ ਵੀ ਹੋਣਗੇ ਕੀ ਖਿਆਲ ਹੈ ਸਾਰੇ ਹੀ ਹੋਣਗੇ ਚਲੋ ਲਬੈਕ ਜਾਂ ਸੁੰਨੀ ਤਰੀਕ ਜਾਂ ਜਮਾਤ ਆਲੇ ਸੁਨਤ ਹੈ ਤਾਂ ਤੁਸੀਂ ਸਾਰੇ ਜਮਾਤ ਆਲੇ ਸੁਨਤ ਹੀ ਹੋ ਸੁੰਨੀ ਬਰੇਲੀ ਹੋ ਚਲੋ ਇਸ ਗੱਲ ਨੂੰ ਛੱਡ ਦਿੰਦੇ ਉਹਨਾਂ ਤਿੰਨਾਂ ਦੀ ਗੱਲ ਕਰ ਲੈਂਦੇ ਹਾਂ ਇਹ ਜਿਹੜਾ ਆਸੀਆ ਵਾਲਾ ਮਾਮਲਾ ਹੋਇਆ ਜਾਂ ਇਹਦੇ ਤੋਂ ਪਹਿਲਾਂ ਜਿਹੜਾ ਗਾਜ਼ੀ ਸਾਹਿਬ ਨੂੰ ਫਾਂਸੀ ਲਾਇਆ ਗਿਆ ਜਾਂ ਜਿਹੜਾ ਕਿ ਅੱਜ ਚੀਫ ਜਸਟਿਸ ਨੇ ਹਕੂਮਤ ਨੂੰ ਆਰਡਰ ਦਿੱਤਾ ਕਿ ਦੋ ਹਫ਼ਤਿਆਂ ਦੇ ਵਿੱਚ ਵਿੱਚ ਇਹ ਜਿਹੜਾ ਕਾਨੂੰਨ ਹੈ 295 ਸੀ ਇਹਨੂੰ ਤਬਦੀਲ ਕਰਕੇ ਇਹਦੀ ਜਗ੍ਹਾ 'ਤੇ ਨਵਾਂ ਕਾਨੂੰਨ ਤਿਆਰ ਕੀਤਾ ਜਾਵੇ ਇਹ ਕਿਉਂ ਹੁੰਦਾ ਪਿਆ ਮੇਰੇ ਨੂੰ ਮਾਸ਼ਾਅੱਲਾ ਸਮਝਦਾਰ ਹੋ ਤੁਸੀਂ ਇਹ ਕਿਸ ਵਜ੍ਹਾ ਤੋਂ ਇੰਜ ਹੁੰਦਾ ਪਿਆ ਕਿਸੇ ਨੂੰ ਨਹੀਂ ਪਤਾ ਉਹ ਨਹੀਂ ਉਹ ਯਹੂਦੀਆਂ ਮਰਜ਼ੀਆਂ ਨੂੰ ਗੋਲੀ ਮਾਰੋ ਪਰ ਉਹਨਾਂ ਨੂੰ ਖੁਸ਼ ਕੀ ਕਰਨਾ ਹੈ ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ 5 ਤਰੀਕ ਨੂੰ ਬੱਲੇ ਦੇ ਕਿੰਨੇ ਕਿੰਨੇ ਮੋਹਰ ਲਈ ਹੱਥ ਖੜਾ ਕਰੋ ਆਪਣੀ ਮਾਂ ਨੂੰ ਆਦਰ ਕਰਕੇ ਕਰੋ ਕਰੋ ਡਰਨ ਦੀ ਕੋਈ ਲੋੜ ਨਹੀਂ ਕਿਸੇ ਨੇ ਤੁਹਾਨੂੰ ਕੁਝ ਵੀ ਨਹੀਂ ਕਹਿਣਾ ਕਿਉਂਕਿ ਉਹ ਟਾਈਮ ਲੰਘ ਗਿਆ ਸ਼ੇਰ ਤੇ ਕਿੰਨੇ ਕਿੰਨੇ ਲਾਈ ਸੁਭਾਨ ਅੱਲਾ ਸ਼ੇਰ ਦਾ ਨਾਂ ਹੀ ਬੜਾ ਉੱਚਾ ਸ਼ੇਰ ਹੈ ਹੀ ਸ਼ੇਰ ਏ ਕਿਉਂਕਿ ਸਾਰੇ ਦਰਿੰਦਿਆਂ ਦਾ ਸਰਦਾਰ ਏ ਉਹਦੇ ਵਾਸਤੇ ਜ਼ਿਆਦਾ ਹੀ ਹੋਣੇ ਚਾਹੀਦੇ ਸਨ ਕੀ ਗਿਆ ਤੇ ਤੀਰ ਤੇ ਕਿੰਨੇ ਲਾਈ ਕੋ ਹੈ ਜਵਾਨ ਤੀਰ ਵਾਲਾ ਵੀ ਬਿਲਕੁਲ ਥੋੜੇ ਯਾਰ ਅਗਰ 5 ਤਰੀਕ ਨੂੰ ਅਸੀਂ ਮੋਹਰ ਲਾਉਂਦੇ ਇਸ ਵਜ੍ਹਾ ਤੋਂ ਕਿ ਇਹ ਕੰਮ ਨਾ ਹੁੰਦਾ ਇਹ ਕੰਮ ਇਸ ਕੰਮ ਵਾਸਤੇ ਮੋਹਰ ਲਾਉਂਦੇ ਨਬੀ ਦੇ ਨਾਂ ਦੇ ਸਦਕੇ ਨਾਲ ਵੋਟ ਦਿੰਦੇ ਨਾ ਸ਼ੇਰ ਵਹਿੰਦੇ ਨਾ ਤੀਰ ਵਹਿੰਦੇ ਨਾ ਬੱਲਾ ਵਹਿੰਦੇ ਨਾ ਕਿਸੇ ਜਮਾਤ ਨੂੰ ਵਹਿੰਦੇ ਸਿਰਫ ਨਬੀ ਦੀ ਜ਼ਾਤ ਨੂੰ ਵਹਿੰਦੇ ਤੇ ਅੱਜ ਇੱਥੇ ਬਹਿਣ ਦੀ ਜ਼ਰੂਰਤ ਪੇਸ਼ ਅੱਜ PTI ਨੂਨ ਲੀਗ ਤੇ ਪੀਪਲ ਪਾਰਟੀ ਇਹ ਤਿੰਨੇ ਫਜ਼ਲ ਰਹਿਮਾਨ ਨੂੰ ਤੇ ਗੋਲੀ ਮਾਰੋ ਯਾਰ ਕੀ ਕਰ ਉਹ ਵੀ ਕੋਈ ਬੰਦਾ ਫਜ਼ਲ ਰਹਿਮਾਨ ਕੋਈ ਬੰਦਾ ਤੇ ਚਵਲ ਜਿਹਾ ਆਦਮੀ ਉਹਦੀ ਐਨ ਧੱਕੇ ਨਾਲ ਬੇਬਰਕਤੀ ਪਾਣ ਦੇ ਇਹ ਤਿੰਨ ਚੂਹਾ ਨੇ ਕੀ ਖਿਆਲ ਹੈ ਅੱਜ ਸ਼ਬਾਜ਼ ਸ਼ਰੀਫ ਦੇ ਕੋਲ ਇਹਨਾਂ ਤਿੰਨਾਂ ਜਮਾਤਾਂ ਦਾ ਇਜਲਾਸ ਹੋਇਆ ਤਹਿਰੀਕ ਇਨਸਾਫ਼ ਦੀ ਕਿਆਦਤ ਕਰ ਰਹੇ ਨੇ ਉਹ ਤੀਲੀ ਪਹਿਲਵਾਨ ਪਰਵੇਜ਼ ਖੱਟਕ ਸਾਹਿਬ ਔਰ ਉੱਥੇ ਇਤਫਾਕ ਕੀਤਾ ਗਿਆ ਕਿ ਇਹਨਾਂ ਨੂੰ ਕਿਵੇਂ ਠਾਣਾ ਇਹਨਾਂ ਨਾਲ ਕੀ ਕਰਨਾ ਔਰ ਐਂਦਾ ਨਮੂਸੇ ਰਸਾਲਤ ਦਾ ਜਿਹੜਾ ਕਾਨੂੰਨ ਹੈ ਉਹਨੂੰ ਤਬਦੀਲ ਕਿਵੇਂ ਕਰਨਾ ਇਹ ਤਿੰਨੇ ਜਮਾਤਾਂ ਇਸ ਟਾਈਮ ਇਤਫਾਕ ਕਰ ਚੁੱਕੀਆਂ ਇਹਨਾਂ ਤਿੰਨਾਂ ਜਮਾਤਾਂ ਨੂੰ ਅਸੈਂਬਲੀਆਂ ਚ ਕਿੰਨਾ ਕੁ ਲਿਆ ਯਾਰ ਬੋਲੋ ਨਾ ਅਸਾਂ ਸੁੰਨੀਆਂ ਭੇਜਿਆ ਸੁੰਨੀਆਂ ਨੇ ਪਾਕਿਸਤਾਨ ਦੀ ਆਬਾਦੀ 80% ਸੁੰਨੀ ਨੇ ਬਾਕੀ 20% ਨੇ ਦੂਸਰੇ ਜਿਹੜੇ ਖਾਤੇ ਨੇ ਭਾਵੇਂ ਉਹ ਭਾਬੀ ਹੈ ਭਾਵੇਂ ਉਹ ਸ਼ੀਆ ਹੈ ਭਾਵੇਂ ਸਾਈ ਹੈ ਭਾਵੇਂ ਸਿੱਖ ਹੈ ਭਾਵੇਂ ਹਿੰਦੂ ਹੈ ਮਰਜ਼ੀ ਹੈ ਬਾਕੀ ਸਿਰਫ 20% ਨੇ ਪਾਕਿਸਤਾਨ 80% ਅਹਿਲੇ ਸੁੰਨਤ ਨੇ ਪੀਪਲ ਪਾਰਟੀ ਨੂੰ ਵੇਖੋ ਉਹਦੇ ਚ ਸੁੰਨੀ ਨੂਨ ਨੂੰ ਵੇਖੋ ਉਹਦੇ ਚ ਸੁੰਨੀ PTI ਨੂੰ ਵੇਖੋ ਉਹਦੇ ਚ ਤਾਂ ਫਿਰ ਅਸਾਂ ਸੜਕਾਂ ਤੇ ਹੀ ਬਹਿਣਾ ਜਦੋਂ ਅਸਾਂ ਵੋਟ ਹੀ ਇਹਨੂੰ ਯਾਰ ਫਿਰ ਪੀਰ ਸੁਨੀਆਂ ਚੋਂ ਬਾਹਰ ਨਹੀਂ ਉਹ ਲਹਿਦਾ ਕੌਮ ਹੈ ਪੀਰ ਵੀ ਤਾਂ ਸੁਨੀਆਂ ਦੇ ਨੇ ਨਾ ਹੈ ਤਾਂ ਸੁਨੀਆਂ ਸੀ ਅਗਰ ਅਸੀਂ ਸੁਨੀ ਇਤਫਾਕ ਕਰ ਜਾਈਏ ਤਾਂ ਦੁਨੀਆ ਦੀ ਕੋਈ ਵੀ ਤਾਕਤ ਮੈਦਾਨੇ ਬਦਰ ਚ ਕਿੰਨੇ ਸਨ ਬੋਲੋ ਨਾ ਕਿੰਨੇ ਸਨ ਤੇ ਹੋਇਆ ਉੱਥੇ ਕੀ ਹਸ਼ਰ ਤੁਸੀਂ ਇੱਥੇ ਕਿੰਨੇ ਹੋ ਹਜ਼ਾਰਾਂ ਚੋ ਡੰਡਾ ਕਿਹੜਾ ਕਿਹੜਾ ਘਰੋਂ ਲੈ ਕੇ ਆਇਆ ਹੱਥ ਖੜਾ ਕਰ ਬਲਕਿ ਡੰਡਾ ਖੜਾ ਕਰੋ ਆ ਮੈਨੂੰ ਪਤਾ ਲੱਗਿਆ ਵੀ ਕਿੰਨਾ ਡੰਡਾ ਹਜ਼ਾਰਾਂ ਦਾ ਮਜਮਾ 1 2 3 4 5 6 7 8 9 10 11 12 13 14 15 16 ਡੰਡਾ ਵੀ ਆਈ ਕੋਈ ਹੈ ਵਿੱਚ ਹੱਸਣ ਵਾਲੀ ਨਹੀਂ ਗੱਲ
ਯਾ ਉਧਰ ਇੱਕ ਡੰਡਾ ਹੈ ਤੇ ਯਾ ਆਇਆ ਇੱਕ ਡੰਡਾ ਹੈ, ਆ ਬਾਕੀ ਤੇ ਡੰਡੀਆਂ ਹੀ ਨੇ ਮਾਰੀਆਂ ਮੋਟੀਆਂ, ਕੀ ਖਿਆਲ ਹੈ? ਅਗਰ ਤੁਸੀਂ ਆਸ਼ਕ ਸੋ ਇਸ ਮਕਸਦ ਵਾਸਤੇ ਆਏ ਸੋ ਜਿਸ ਮਕਸਦ ਵਾਸਤੇ ਇਕੱਠੇ ਹੋਏ ਆ, ਤੇ ਡੰਡੇ ਲੈ ਕੇ ਆਉਣਾ ਸੀ। ਡੰਡੇ ਤੋਂ ਬਗੈਰ ਖਾਲੀ ਹੱਥ ਜੰਗ ਨਹੀਂ ਹੁੰਦੀ। ਹੁਣੇ ਚਾਰ ਸਿਪਾਹੀ ਆ ਗਏ ਤੇ ਤੁਹਾਡੇ ਚੋਂ ਅੱਧੇ ਤੇ ਇੱਧਰ ਨੂੰ ਨੱਸ ਜਾਣੇ ਨੇ, ਨਹੀਂ ਨੱਸਦੇ, ਵੇਖ ਲਿਆ ਜੀ ਪੱਕੀ ਗੱਲ ਹੈ। ਫਿਰ ਡੰਡੇ ਲੈ ਕੇ ਕਿਉਂ ਨਹੀਂ ਆਏ? ਨਹੀਂ 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 ਜੀ, ਮੈਂ ਨੀ ਇਸ ਗੱਲ ਨੂੰ ਮੰਨਦਾ ਜੀ। ਹਾਥੀ ਡੰਡੇ ਨੇ, ਹੱਥ ਡੰਡਾ ਨਹੀਂ, ਡੰਡਾ ਡੰਡਾ ਹੀ ਹੈ, ਕੀ ਖਿਆਲ ਹੈ? ਡੰਡਾ ਜਿਹੜਾ ਪੁੰਨੀ ਬੱਠਿਆਂ ਨੇ ਆਪਣਿਆਂ ਨੇ ਮਾਰਨਾ, ਬਟ ਆਹ ਗੱਲ ਜਾਣੀ ਹੀ ਨਹੀਂ। ਤੇ ਸਾਡੇ ਚ ਤਾਕਤ ਵੀ ਕੋਈ ਨਹੀਂ ਹੁਣ, ਕੋਈ ਵੀ ਸਾਰੇ ਅੱਧੇ ਤੇ ਸ਼ੂਗਰ ਦੇ ਮਰੀਜ਼ ਹੋਣੇ। ਗੱਲ ਸੁਣੋ ਮੇਰੀ, ਇਹ ਸਾਰਾ ਸਾਡਾ ਆਪਣਾ ਕਸੂਰ ਹੈ, ਕਿਸੇ ਦਾ ਕਸੂਰ ਨਹੀਂ। ਗੱਲ ਸਮਝ ਆਉਂਦੀ ਪਈ ਕਿ ਨਹੀਂ ਆਉਂਦੀ ਪਈ? ਇਹ ਸਾਡਾ ਕਸੂਰ ਹੈ। ਇੱਕ ਪਾਸੇ ਨਬੀ ਦਾ ਨਾਂ ਲੈਣ ਵਾਲੇ ਸਨ ਵੋਟ ਮੰਗਣ ਵਾਲੇ, ਤੇ ਦੂਸਰੇ ਪਾਸੇ ਨਬੀ ਦੇ ਨਾਂ ਨੂੰ ਖਤਮ ਕਰਨ ਵਾਲੇ ਸਨ। ਤੇ ਸਾਡੀ ਇਤਨੀ ਬਦਕਿਸਮਤੀ ਕਿ ਅਸੀਂ ਜਿਹੜੇ ਨਬੀ ਦੇ ਮੁਖਾਲਫ ਸਨ, ਅਸਾਂ ਉਹਨਾਂ ਨੂੰ ਵੋਟ ਪਾਏ ਨੇ। ਉਹ ਕੀ ਹੈ ਜੀ, ਅਸੀਂ ਮਹੱਲੇਦਾਰ ਹਾਂ। ਕੀ ਹੈ ਜੀ, ਅਸੀਂ ਚੌਧਰੀ ਸਾਹਿਬ, ਅਸੀਂ ਫਲਾਣੇ ਨੂੰ ਮੂੰਹ ਵਿਖਾਉਣਾ, ਅਸਾਂ ਫਲਾਣੇ ਨੂੰ ਮੂੰਹ ਵਿਖਾਉਣਾ। ਜਦੋਂ ਇਹ ਜਿੰਨੀ ਦੇਰ ਕੰਮ ਹੁੰਦਾ ਰਹੇਗਾ ਨਾ, ਓਨੀ ਦੇਰ ਇਹੋ ਜੇ ਬਦਬਖਤ ਤੇ ਬਦ ਨਸੀਬ ਵਜ਼ੀਰੇ ਆਜ਼ਮ ਬਣਦੇ ਰਹਿਣਗੇ। ਜਿੰਨੀ ਦੇਰ ਤੱਕ ਅਸੀਂ ਅੱਲਾਹ ਤੇ ਅੱਲਾਹ ਦੇ ਰਸੂਲ ਦੇ ਫੈਸਲੇ ਨੂੰ ਨਹੀਂ ਵੇਖਾਂਗੇ, ਸਿਰਫ ਸਿਆਸਤ ਨੂੰ ਵੇਖਾਂਗੇ। ਸਭ ਤੋਂ ਵੱਡੀ ਗੱਲ ਬੜੀ ਸੌਖੀ ਜੀ ਹੈ ਹਜ਼ਰਤ ਸਾਹਿਬ, ਉਹ ਮੌਲਵੀਆਂ ਦਾ ਕੀ ਹੈ ਸਿਆਸਤ ਨਾਲ? ਗੱਲ ਇੱਥੇ ਅਸੀਂ ਮੁਕਾ ਦਿੰਦੇ ਹਾਂ। ਇਹ ਚੋਰਾਂ ਦਾ ਕੰਮ ਹੈ, ਡਾਕੂਆਂ ਦਾ ਕੰਮ ਹੈ, ਇਹ ਮੌਲਵੀਆਂ ਦਾ ਕੀ ਕੰਮ ਹੈ? ਮੌਲਵੀਆਂ ਦਾ ਕੰਮ ਹੈ ਮਸੀਤੇ ਬਹਿਣਾ। ਇਹ ਜਦੋਂ ਦੀ ਸਿਆਸਤ ਮੌਲਵੀਆਂ ਤੋਂ ਦੂਰ ਹੋਈ ਹੈ ਨਾ, ਉਦੋਂ ਦਾ ਬੇੜਾ ਗਰਕ ਹੋ ਗਿਆ। ਇਹ ਪਾਕਿਸਤਾਨ ਬਣਾਇਆ ਕਿੰਨਾ ਸੀ? ਬੋਲੋ ਕਿੰਨਾ ਬਣਾਇਆ ਸੀ? ਇਹ ਪਾਕਿਸਤਾਨ ਦੀ ਤਹਿਰੀਕ ਮੌਲਵੀਆਂ ਚਲਾਈ ਸੀ। ਪੀਰ ਜਮਾਤ ਅਲੀ ਸ਼ਾਹ ਆਲਮ ਨਹੀਂ ਸਨ? ਇਹ ਉਲਮਾ ਨੇ, ਮੁਹੱਦਸੀਨ ਨੇ, ਬਜ਼ੁਰਗਾਂ ਨੇ, ਦੀਨ ਨੇ ਇਹ ਤਹਿਰੀਕ ਚਲਾਈ। ਕੈਦੇ ਆਜ਼ਮ ਨੂੰ ਤੇ ਵਕੀਲ ਮੁਕਰਰ ਕੀਤਾ ਸੀ ਇਹਨਾਂ ਆਪਣਾ। ਅੱਲਾ ਕਰੀਮ ਨੇ ਰਹਿਮਤ ਕਰ ਦਿੱਤੀ। ਜਦੋਂ ਇਹ ਸਿਆਸਤ ਮੌਲਵੀਆਂ ਕੋਲ ਹਟ ਕੇ ਦੂਸਰਿਆਂ ਕੋਲ ਗਈ ਤੇ ਤਬਾਹ ਹੋ ਗਿਆ। ਕਿੰਨਾ ਰੌਲਾ ਪਾਇਆ, 50 ਤਕਰੀਰਾਂ ਕਰ ਛੜੀਆਂ ਨੇ 2 ਮਹੀਨਿਆਂ ਚ ਵਜ਼ੀਰੇ ਆਜ਼ਮ ਨੇ। ਜ਼ਰਦਾਰੀ ਚੋਰ ਹੈ, ਨਵਾਜ਼ ਸ਼ਰੀਫ ਚੋਰ ਹੈ, ਸ਼ਬਾਜ਼ ਚੋਰ ਹੈ, ਫਲਾਣਾ ਚੋਰ ਹੈ, ਢੀਂਗੜਾ ਚੋਰ ਹੈ, ਤੇ ਅੱਜ ਚੋਰਾਂ ਦੇ ਕੋਲ ਰਿਸ਼ਤਾ ਦੇਣ ਗਿਆ ਵੇ। ਅੱਜ ਚੋਰਾਂ ਦੇ ਨਾਲ ਰਿਸ਼ਤੇਦਾਰੀ ਹੁੰਦੀ ਹੈ ਭਾਈ? ਉਦਣ ਦੀਆਂ ਗੱਲਾਂ ਹੁੰਦੀਆਂ ਨੇ, ਮਾਰ ਦੇਵਾਂਗੇ, ਮਰ ਜਾਵਾਂਗੇ, ਮੈਂ ਇੰਜ ਨਹੀਂ ਕਰਾਂਗਾ, ਮੈਂ ਇੰਜ ਨਹੀਂ ਕਰਾਂਗਾ। ਬਦਬਖਤਾ, ਇਹ ਤੇਰੇ ਤੇ ਰੱਬ ਦਾ ਅਜ਼ਾਬ ਆ ਗਿਆ ਕਿ ਤੂੰ ਇਸ ਮਲੂਨਾਂ ਨੂੰ ਛੱਡ ਦਿੱਤਾ ਤੇ ਅੱਲਾਹ ਤਾਲਾ ਦੀ ਪਕੜ ਚ ਆ ਗਿਆ, ਚੋਰਾਂ ਦੇ ਜਾ ਕੇ ਪੈਰੀ ਬਹਿ ਗਿਆ। ਔਰ ਇਹ ਹੁੰਦਾ ਰਹੇਗਾ, ਇਹ ਇਨਸ਼ਾਅੱਲਾ ਤਾਲਾ ਹੁੰਦਾ ਰਹੇਗਾ। ਮੇਰੀ ਗੱਲ ਗੌਰ ਨਾਲ ਸੁਣ ਲਓ। ਇਹ ਸਾਡੇ ਜਿਹੜੇ ਬਾਬੇ ਨੇ ਨਾ ਵਡੇਰੇ ਵਡੇਰੇ, ਇਹ ਮੇਰਾ ਬੜਾ ਪਿਆਰਾ ਬਾਬਾ, ਬਾਬਾ ਸਦੀਕ ਨੂਰੀ, ਇਹ ਹਮੇਸ਼ਾ ਅਮਨ ਦੀ ਗੱਲ ਹੀ ਕਰਦਾ। ਕਹਿੰਦਾ ਡੰਡਾ ਨਹੀਂ ਹੋਣਾ ਚਾਹੀਦਾ, ਫਲਾਣਾ ਨਹੀਂ ਹੋਣਾ ਚਾਹੀਦਾ, ਢੀਂਗੜਾ ਨਹੀਂ ਹੋਣਾ ਚਾਹੀਦਾ, ਇੰਜ ਨਹੀਂ ਹੋਣਾ ਚਾਹੀਦਾ। ਲੇਕਿਨ ਡੰਡੇ ਤੋਂ ਬਗੈਰ ਗੱਲ ਨਹੀਂ ਬਣਦੀ। ਡੰਡਾ ਤੇ ਦੇਖੋ ਨਾ, ਆਲਮੇ ਦੀਨ ਮਿੰਬਰ ਤੇ ਹਜ਼ੂਰ ਖੁਤਬਾ ਪੜਦਾ ਤੇ ਉਹਦੇ ਵਾਸਤੇ ਉੱਥੇ ਵੀ ਡੰਡਾ ਜ਼ਰੂਰੀ ਹੈ। ਉੱਥੇ ਕਿਹੜਾ ਉਹਨਾਂ ਮੁਖਤਦੀਆਂ ਨੂੰ ਮਾਰਨਾ ਹੁੰਦਾ ਜਾਂ ਲੜਾਈ ਰੱਟਾ ਪਿਆ? ਅਗਰ ਖੁਤਬੇ ਦੇ ਉੱਤੇ, ਮਿੰਬਰ ਦੇ ਉੱਤੇ ਖਲੋਤਿਆਂ ਮੌਲਵੀ ਵਾਸਤੇ ਡੰਡਾ ਜ਼ਰੂਰੀ ਹੈ, ਲੜਾਈ ਝਗੜੇ ਵਿੱਚ ਡੰਡਾ ਕਿਉਂ ਨਹੀਂ ਜ਼ਰੂਰੀ? ਇਹੋ ਜਿਹੇ ਮਾਮਲੇ 'ਚ ਡੰਡਾ ਕਿਉਂ ਨਹੀਂ ਜ਼ਰੂਰੀ? ਡੰਡਾ ਜ਼ਰੂਰ ਰੱਖਿਆ ਕਰੋ, ਔਰ ਰੱਖਿਆ ਕਰੋ ਕੁੱਤੇ ਵਾਸਤੇ। ਕੁੱਤੇ ਕਈ ਨੇ, ਕਈ ਮਾਰ ਕੇ ਨੇ ਕੁੱਤਿਆਂ ਦੇ। ਉਹ ਭਾਵੇਂ ਇਮਰਾਨ ਖਾਨ ਦੀ ਸੂਰਤ 'ਚ ਵੇਖ ਲਓ, ਭਾਵੇਂ ਨਵਾਜ਼ ਸ਼ਰੀਫ ਦੀ ਸੂਰਤ 'ਚ ਵੇਖ ਲਵੋ ਤੇ ਭਾਵੇਂ ਸਰਦਾਰੀ ਦੀ ਸੂਰਤ 'ਚ ਵੇਖ ਲਓ, ਇਹ ਸਾਰਿਆਂ ਦਾ ਮੁਤਫਿਕਾ ਫੈਸਲਾ ਉਸ ਗਸ਼ਤੀ ਨੂੰ ਛੱਡਣ ਦਾ। ਮੇਰੇ ਦੋਸਤੋ, ਇਹ ਦੁਨੀਆ ਫਾਨੀ ਜੇ, ਫਨਾ ਦਾ ਘਰ ਜੇ, ਨਾ ਕੋਈ ਇੱਥੇ ਰਿਆਤ, ਨਾ ਕਿਸੇ ਰਹਿਣਾ।
ساڈے وڈیرے بھی ٹر گئے تے اساں بھی ٹر جانا بے شک تے کامیاب ہووے جڑا اپنے ایمان نو بچا کے لے گیا انشاءاللہ یہ نماز آئے روزے حج ماشاءاللہ بزرگ سارے بیٹھے نے محسوس نہ کو کرے یہ بات دیاں گلاں نے یہ نماز پڑھیاں کامیاب یہ نماز روزے حج عبادت ساریاں اپنی جگہ تے نے لیکن یہ کدو کامیابی ہے جدو نبی پاک دی محبت چوئیاں جدو نبی پاک دے پیار چوئیاں جدو نبی پاک دے عشق چوئیاں